लुधियाना पुलिस ने गुप्त सूचना के आधार पर एक चोर गिरोह के 4 सदस्यों को काबू किया। पुलिस ने उनके कब्जे से एक जियोन पिकअप गाड़ी व 7 मोबाइल फोन बरामद किए हैं। आरोपियों की पहचान पवन कुमार, परमिंदर चौहान, विजय कुमार, सुनील कुमार के रूप में हुई है। ਸਾਡੇ ਏਰੀਏ 'ਚ ਉਹਨਾਂ ਨੇ 2 ਵਾਰਦਾਤਾਂ ਕੀਤੀਆਂ ਸੀ, ਹੋਰ ਵੀ ਸ਼ਹਿਰ 'ਚ ਇਹਨਾਂ ਨੇ ਕੀਤੀਆਂ। ਇਹਨਾਂ 'ਚ ਸਾਰੇ ਧੁਰੀ ਲੈਣ ਕੋਲ ਰਹਿੰਦੇ। ਇਹਨਾਂ ਜਿਹੜਾ ਮੇਨ ਬੰਦਾ ਪਵਨ, ਉਹਨੂੰ ਮਾਸਟਰ ਮਾਈਂਡ ਹੈ, ਉਹ ਸਾਰਾ ਪਹਿਲੇ ਦੇਖ ਲੈਂਦਾ ਰੇੜੀ ਰੇੜੀ 'ਤੇ ਜਾ ਕੇ ਵੀ ਕਿਹੜੀ ਕਿਹੜੀ ਦੁਕਾਨ 'ਤੇ ਰੱਖੀ ਕਰਕੇ ਤੋੜੀ ਰਾਤੀ ਉਹ ਤਾਲਾ ਤੋੜਦੇ ਚੋਰੀ। ਹਾਂ ਪਹਿਲੇ ਵੀ ਹੈਗੇ, 5-6 ਪਰਚੇ ਕਿਹਦੇ ਦੇ ਨੇ ਪਵਨ ਦੇ? ਸਰ ਗੈਂਗ ਕਿੱਦਾਂ ਬਣਾ? ਸਾਰੇ ਧੁਰੀ ਲੈਣ 'ਤੇ ਰਹਿਣ ਵਾਲੇ ਆ। ਧਰਮਿੰਦਰ ਜਿਹੜਾ ਥ੍ਰੀਲਰ ਚਲਾਉਂਦਾ, ਇਹ ਪਵਨ ਨਾਰਾਇਣ ਦੋ ਮੁੰਡੇ ਨਾਲ ਜਿਹੜਾ ਛੋਟਾ ਜਿਹਾ ਅੰਦਰ ਵਾੜ ਕੇ ਦੁਕਾਨ 'ਚ। ਲੁਧਿਆਣਾ ਸੇ ਅਭਿਸ਼ੇਕ ਬਹਿਲ, ਸਿਟੀ ਹੋਮ ਨਿਊਜ਼।